ਗੁਰੂ ਰੂਪ تیاری ਸਾਤ ਸੰਗਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਇੱਕ ਵਾਰੀ ਕਿਸੇ ਨੇ ਪੁੱਛਿਆ ਕਿ ਸਿਮਰਨ ਦੀ ਯੁਕਤੀ ਕੀ ਹੈ ਤਾਂ ਭਾਈ ਸਾਹਿਬ ਜੀ ਨੇ ਬੜਾ ਸੋਹਣਾ ਤੇ ਛੋਟਾ ਉੱਤਰ ਦਿੱਤਾ ਉਹ ਉੱਤਰ ਕੀ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ करिए ਜੀ ਲੋਕ ਪੁੱਛਦੇ ਹਨ ਸਿਮਰਨ ਦੀ ਯੁਕਤੀ ਕੀ ਹੈ ਇੱਕ ਮੁੰਡਾ ਇੱਕ ਕੁੜੀ ਨੂੰ ਪਿਆਰ ਕਰਦਾ ਹੈ ਤੇ ਉਹ ਦੋਨੋਂ ਘਰੋਂ ਨਿਕਲ ਤੁਰਦੇ ਹਨ ਇਸ ਵਿੱਚ ਯੁਕਤੀ ਕੀ ਹੋਈ ਵਾਹਿਗੁਰੂ ਜੀ ਨਾਲ ਪਿਆਰ ਪਾਉਣਾ ਹੈ ਜਦ ਪਿਆਰਾ ਪਾਸ ਹੋਵੇ ਤਾਂ ਉਸ ਦੇ دیدار ਕਰੀਦੇ ਹਨ ਜਦ ਉਹ ਵਿਥ ਤੇ ਹੋਵੇ ਉਸ ਨੂੰ ਯਾਦ ਕਰੀਦਾ ਹੈ ਵਾਹਿਗੁਰੂ ਸਾਨੂੰ ਨਜ਼ਰ ਨਹੀਂ ਆਉਂਦਾ ਇਸ ਵਾਸਤੇ ਉਸ ਨੂੰ ਯਾਦ ਕਰਨਾ ਹੈ ਯਾਦ ਨਾਲ ਹਜ਼ੂਰੀ ਵਿੱਚ ਰਹਿਣਾ ਹੈ ਜਿਸ ਤਰ੍ਹਾਂ ਮੱਛੀ ਪਾਣੀ ਵਿੱਚ ਰਹਿੰਦੀ ਹੈ ਇਹ ਬਿਰਤੀ ਪਕਾਉਣੀ ਹੈ ਹਾਂਜੀ ਫਿਰ ਦੁਹਰਾ ਦਈਏ ਕਿ ਵਾਹਿਗੁਰੂ ਜੀ ਨਾਲ ਪਿਆਰ ਪਾਉਣਾ ਹੈ ਜਦ ਪਿਆਰਾ ਆਪਸ ਹੋਵੇ ਤਾਂ ਉਸ ਦੇ دیدار ਕਰੀਦੇ ਹਨ ਜਦ ਉਹ ਵਿਥ ਤੇ ਹੋਵੇ ਤਾਂ ਉਸ ਨੂੰ ਯਾਦ ਕਰੀਦਾ ਹੈ ਵਾਹਿਗੁਰੂ ਸਾਨੂੰ ਨਜ਼ਰ ਨਹੀਂ ਆਉਂਦਾ ਇਸ ਵਾਸਤੇ ਉਸ ਨੂੰ ਯਾਦ ਕਰਨਾ ਹੈ ਯਾਦ ਨਾਲ ਹਜ਼ੂਰੀ ਵਿੱਚ ਰਹਿਣਾ ਹੈ ਜਿਸ ਤਰ੍ਹਾਂ ਮੱਛੀ ਪਾਣੀ ਵਿੱਚ ਰਹਿੰਦੀ ਹੈ ਇਹ ਵਰਤੀ ਪਕਾਉਣੀ ਹੈ ਪਹਿਲਾਂ ਆਸਾਂ ਵਾਹਿਗੁਰੂ ਨੂੰ ਯਾਦ ਕਰਨਾ ਹੈ ਫਿਰ ਸਾਨੂੰ ਪਤਾ ਲੱਗੇਗਾ ਕਿ ਉਹ ਤਾਂ ਬਾਹਰ ਖੜਾ ਸਾਡੇ ਕਵਾੜ ਖੜਕਾ ਕੇ ਸਾਨੂੰ ਹਾਕਾਂ ਮਾਰ ਰਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ